ਇਹਨਾਂ ਨੇ 12 ਤਾਂ ਆਪਾਂ ਲੜ ਰਹੇ ਹਾਂ ਪੰਜਾਬ 'ਚ, ਇੱਕ ਚੰਡੀਗੜ੍ਹ 'ਚ ਕਿੰਨਾ ਹੋ ਗਿਆ 13, 2 ਲੜ ਰਹੇ ਹੈ ਅਸੀਂ ਹਰਿਆਣੇ 'ਚ, ਇਹਦਾ ਮਤਲਬ ਕਿੰਨੀ ਹੋ ਗਈ 13-14 ਕਿੰਨੀਆਂ? ਹਾਂਜੀ 14 ਬਾਲਟੀਆਂ ਭਰਤੀਆਂ ਪਿਆਰ ਦੇ ਨਾਲ। ਅਤੇ 13-0 ਬਾਰੇ ਵਾਰ ਵਾਰ ਕਹੀ ਜਾਂਦੇ ਨੇ ਵਿਰੋਧੀ, 13-0 ਜੀ ਕੀ ਕਹਿਣਾ ਤੁਹਾਡਾ? ਇਹ ਜੇ ਬੰਦ ਕਰ ਦਿਓ ਕਿਤੇ ਮੈਂ ਦੱਸ ਦੂੰਗਾ। ਦੂਸਰੀ ਗੱਲ, ਖਹਿਰਾ ਜੀ ਨੇ ਇੱਕ ਪ੍ਰਵਾਸੀਆਂ ਬਾਰੇ ਬਿਆਨ ਦਿੱਤਾ ਸੀ ਗੋਪਾਲ ਖਹਿਰਾ ਨੇ, ਦੇ ਹੈਵ ਨੋ ਬੋਰਡਰਸ। ਲਾਜਵਾਬ, ਇਹਨਾਂ ਨੇ 12 ਤਾਂ ਆਪਾਂ ਲੜ ਰਹੇ ਹਾਂ ਪੰਜਾਬ 'ਚ, ਇੱਕ ਚੰਡੀਗੜ੍ਹ 'ਚ ਕਿੰਨਾ ਹੋ ਗਿਆ 13, 2 ਲੜ ਰਹੇ ਹੈ ਅਸੀਂ ਹਰਿਆਣੇ 'ਚ, ਇਹਦਾ ਮਤਲਬ ਕਿੰਨੀ ਹੋ ਗਈ 13-14 ਕਿੰਨੀਆਂ? ਹਾਂਜੀ 14 ਬਾਲਟੀਆਂ ਭਰਤੀਆਂ ਪਿਆਰ ਦੇ ਨਾਲ। ਅਤੇ 13-0 ਬਾਰੇ ਵਾਰ ਵਾਰ ਕਹੀ ਜਾਂਦੇ ਨੇ ਵਿਰੋਧੀ, 13-0 ਜੀ ਕੀ ਕਹਿਣਾ ਤੁਹਾਡਾ? ਇਹ ਜੇ ਬੰਦ ਕਰ ਦਿਓ ਕਿਤੇ ਮੈਂ ਦੱਸ ਦੂੰਗਾ। ਦੂਸਰੀ ਗੱਲ, ਖਹਿਰਾ ਜੀ ਨੇ ਇੱਕ ਪ੍ਰਵਾਸੀਆਂ ਬਾਰੇ ਬਿਆਨ ਦਿੱਤਾ ਸੀ ਗੋਪਾਲ ਖਹਿਰਾ ਨੇ, ਦੇ ਹੈਵ ਨੋ ਬੋਰਡਰਸ। ਲਾਜਵਾਬ, ਇਹਨਾਂ ਨੇ 12 ਤਾਂ ਆਪਾਂ ਲੜ ਰਹੇ ਹਾਂ ਪੰਜਾਬ 'ਚ, ਇੱਕ ਚੰਡੀਗੜ੍ਹ 'ਚ ਕਿੰਨਾ ਹੋ ਗਿਆ 13, 2 ਲੜ ਰਹੇ ਹੈ ਅਸੀਂ ਹਰਿਆਣੇ 'ਚ, ਇਹਦਾ ਮਤਲਬ ਕਿੰਨੀ ਹੋ ਗਈ 13-14 ਕਿੰਨੀਆਂ? ਹਾਂਜੀ 14 ਬਾਲਟੀਆਂ ਭਰਤੀਆਂ ਪਿਆਰ ਦੇ ਨਾਲ। ਅਤੇ 13-0 ਬਾਰੇ ਵਾਰ ਵਾਰ ਕਹੀ ਜਾਂਦੇ ਨੇ ਵਿਰੋਧੀ, 13-0 ਜੀ ਕੀ ਕਹਿਣਾ ਤੁਹਾਡਾ? ਇਹ ਜੇ ਬੰਦ ਕਰ ਦਿਓ ਕਿਤੇ ਮੈਂ ਦੱਸ ਦੂੰਗਾ। ਦੂਸਰੀ ਗੱਲ, ਖਹਿਰਾ ਜੀ ਨੇ ਇੱਕ ਪ੍ਰਵਾਸੀਆਂ ਬਾਰੇ ਬਿਆਨ ਦਿੱਤਾ ਸੀ ਗੋਪਾਲ ਖਹਿਰਾ ਨੇ, ਦੇ ਹੈਵ ਨੋ ਬੋਰਡਰਸ। ਲਾਜਵਾਬ, ਇਹਨਾਂ ਨੇ 12 ਤਾਂ ਆਪਾਂ ਲੜ ਰਹੇ ਹਾਂ ਪੰਜਾਬ 'ਚ, ਇੱਕ ਚੰਡੀਗੜ੍ਹ 'ਚ ਕਿੰਨਾ ਹੋ ਗਿਆ 13, 2 ਲੜ ਰਹੇ ਹੈ ਅਸੀਂ ਹਰਿਆਣੇ 'ਚ, ਇਹਦਾ ਮਤਲਬ ਕਿੰਨੀ ਹੋ ਗਈ 13-14 ਕਿੰਨੀਆਂ? ਹਾਂਜੀ 14 ਬਾਲਟੀਆਂ ਭਰਤੀਆਂ ਪਿਆਰ ਦੇ ਨਾਲ। ਅਤੇ 13-0 ਬਾਰੇ ਵਾਰ ਵਾਰ ਕਹੀ ਜਾਂਦੇ ਨੇ ਵਿਰੋਧੀ, 13-0 ਜੀ ਕੀ ਕਹਿਣਾ ਤੁਹਾਡਾ? ਇਹ ਜੇ ਬੰਦ ਕਰ ਦਿਓ ਕਿਤੇ ਮੈਂ ਦੱਸ ਦੂੰਗਾ। ਦੂਸਰੀ ਗੱਲ, ਖਹਿਰਾ ਜੀ ਨੇ ਇੱਕ ਪ੍ਰਵਾਸੀਆਂ ਬਾਰੇ ਬਿਆਨ ਦਿੱਤਾ ਸੀ ਗੋਪਾਲ ਖਹਿਰਾ ਨੇ, ਦੇ ਹੈਵ ਨੋ ਬੋਰਡਰਸ। ਲਾਜਵਾਬ, ਇਹਨਾਂ ਨੇ 12 ਤਾਂ ਆਪਾਂ ਲੜ ਰਹੇ ਹਾਂ ਪੰਜਾਬ 'ਚ, ਇੱਕ ਚੰਡੀਗੜ੍ਹ 'ਚ ਕਿੰਨਾ ਹੋ ਗਿਆ 13, 2 ਲੜ ਰਹੇ ਹੈ ਅਸੀਂ ਹਰਿਆਣੇ 'ਚ, ਇਹਦਾ ਮਤਲਬ ਕਿੰਨੀ ਹੋ ਗਈ 13-14 ਕਿੰਨੀਆਂ? ਹਾਂਜੀ 14 ਬਾਲਟੀਆਂ ਭਰਤੀਆਂ ਪਿਆਰ ਦੇ ਨਾਲ। ਅਤੇ 13-0 ਬਾਰੇ ਵਾਰ ਵਾਰ ਕਹੀ ਜਾਂਦੇ ਨੇ ਵਿਰੋਧੀ, 13-0 ਜੀ ਕੀ ਕਹਿਣਾ ਤੁਹਾਡਾ?
ਇਹ ਜੇ ਬੰਦ ਕਰ ਦਿਓ ਕਿਤੇ ਮੈਂ ਦੱਸ ਦੂੰਗਾ। ਦੂਸਰੀ ਗੱਲ, ਖਹਿਰਾ ਜੀ ਨੇ ਇੱਕ ਪ੍ਰਵਾਸੀਆਂ ਬਾਰੇ ਬਿਆਨ ਦਿੱਤਾ ਸੀ, ਗੋਪਾਲ ਖਹਿਰਾ ਨੇ, ਦੇ ਹੈਵ ਨੋ ਬੋਰਡਰਸ। ਲਾਜੀ ਵਾਹ,